ਅਸਲਾਮ ਵਾਲੇਕੁਮ ਮੈਂ ਅੱਜ ਪਾਕਿਸਤਾਨ ਪੰਜਾਬੀ ਅਦਵੀ ਬੋਰਡ ਦੇ ਬੁਣਤਰ ਬਾਰੇ ਔਰ ਇਹਦੇ ਨੀ ਰੱਖਣ ਬਾਰੇ ਥੋੜੀ ਜੀ ਗੱਲ ਤਾਂ ਦੱਸਾਂਗੀ ਪੰਜਾਬੀ ਅਦਵੀ ਬੋਰਡ ਦੀ ਨੀ ਰੱਖੀ ਗਈ 1976 ਚ ਇਸ ਕਰਕੇ ਕਿ ਉਸ ਵੇਲੇ ਪੰਜਾਬੀ ਦੇ ਲਈ ਕੋਈ ਕੰਮ ਕਰਨ ਵਾਲੀ ਐਸੀ ਪੱਕੀ ਪੀੜੀ ਤਨਜ਼ੀਮ ਵੀ ਕੋਈ ਨਹੀਂ ਸੀ ਨਾ ਐਵੇਂ ਕਿ ਹਕੂਮਤ ਵੱਲੋਂ ਕੋਈ ਅਦਾਰਾ ਬਣਾਇਆ ਗਿਆ ਸੀ ਜਿਹੜਾ ਕਿ ਇਸ ਮਕਸਦ ਲਈ ਕੰਮ ਕਰੇ ਬੋਰਡ ਦੀ ਨੀ ਰੱਖਣ ਦਾ ਮਕਸਦ ਸੀ ਕਿ ਪੰਜਾਬ ਦੀ ਤਾਰੀਖ ਬਾਰੇ ਪੰਜਾਬ ਦੇ ਜੋਗਰਾਫੀ ਬਾਰੇ ਪੰਜਾਬ ਦੇ ਕਲਚਰ ਬਾਰੇ ਪੰਜਾਬ ਦੇ ਕਲਾਸਿਕੀ ਲਿਟਰੇਚਰ ਬਾਰੇ ਕਿਤਾਬਾਂ ਛਾਪੀਆਂ ਜਾਣ ਔਰ ਲੋਕਾਈ ਨੂੰ ਦੱਸਿਆ ਜਾਏ ਕਿ ਜ਼ੁਬਾਨ ਦੇ ਕਿਹੜੇ ਕਿਹੜੇ ਪੱਖ ਜਿਹੜੇ ਨੇ ਉਹ ਕਿਵੇਂ ਕਿਵੇਂ ਵਜੂਦ ਚ ਆਏ ਐਸ ਕਮ ਲਈ ਬੋਰਡ ਨੇ ਐ ਬਟ ਸਪਸਾਰੇ ਜਿਹਨੇ ਸਾਡੇ ਸੂਫੀ ਸ਼ਾਇਰ ਸਨ ਉਹਨਾਂ ਦੇ ਔਰਸਾਂ ਦੇ ਮੌਕੇ ਤੇ ਕਾਨਫਰੰਸਾਂ ਕਰਵਾਈਆਂ ਉਹਨਾਂ ਦੇ ਪਹਿਯਾਤੀ ਬਾਰੇ ਮਜ਼ਮੂਨ ਲਿਖਵਾਏ ਰਸਾਲਾ ਛਾਪਦਾ ਬੋਰਡ ਦਾ ਪੰਜਾਬੀ ਅਦਬ ਦੇ ਨਾਂ ਤੋਂ ਉਹਦੇ ਵਿੱਚ ਵੀ ਅਸੀਂ ਕੋਸ਼ਿਸ਼ ਹੈ ਹੀ ਕਰਨੇ ਆ ਕਿ ਜਿਹੜੀ ਹੈ ਖੋਜ ਹੋਵੇ ਜਿਹੜੀ ਨਵੀਂ ਕੋਈ ਖੋਜ ਹੋਵੇ ਕਿਸੇ ਵੀ ਪੱਖ ਬਾਰੇ ਪੰਜਾਬੀ ਦੇ ਜ਼ੁਬਾਨ ਬਾਰੇ ਪੰਜਾਬੀ ਕਲਚਰ ਬਾਰੇ ਜਾਂ ਕਿਸੇ ਹੋਰ ਲਿਖਾਰੀ ਬਾਰੇ ਤੇ ਉਹ ਅਸੀਂ ਛਾਪੀਏ ਤਾਂ ਜੇ ਅੱਗੇ ਵਧਦਾ ਹੋਇਆ ਇਹ ਕਾਫਲਾ ਜਿਹੜਾ ਨਜ਼ਰ ਆਵੇ ਅੱਗੇ ਵਧਦੇ ਕਦਮਾਂ ਤੇ ਸਾਰੇ ਲੋਕਾਂ ਦੀ ਨਜ਼ਰ ਪਵੇ ਇਹ ਦੀ ਇਹ ਦੀ ਵਜ੍ਹਾ ਤੋਂ ਇਹ ਹੋਇਆ ਕਿ ਬਹੁਤ ਸਾਰੀਆਂ ਜਗ੍ਹਾ ਤੇ ਪੰਜਾਬੀ ਜ਼ੁਬਾਨ ਪੰਜਾਬੀ ਕਲਚਰ ਤੇ ਪੰਜਾਬੀ ਦੇ ਨਾਲ ਜੁੜੇ ਹੋਰ ਬਹੁਤ سارے ਕਮਾਂ ਬਾਰੇ ਕਿ ਸਕੂਲਾਂ ਅਜ ਕਾਲਜਾਂ ਯੂਨੀਵਰਸਿਟੀਆਂ ਅਜ ਮੈਂ ਦੇਖਨੀ ਹੈ ਕਿ ਵੱਧਦਾ ਜਾ ਰਿਹਾ ਹੈ ਇਹ سلسلہ ਉਹ ਆਪਣੇ ਮਾਂ ਬੋਲੀ ਤਿਹਾੜੀ ਵੀ ਮਨਾਉਂਦੇ ਨੇ ਫਿਰ ਕਿਤਾਬਾਂ ਦਾ ਹਵਾਲੇ ਨਲਵੀ ਕੇ ਬਕਰਦੇ ਨੇ ਇਕੱਠ ਕਰਦੇ ਨੇ ਔਰ ਪੂ ਬਹੁਤ ਅਕਸਰ ਜਗ੍ਹਾ ਤੇ ਡਿਪਾਰਟਮੈਂਟ ਵੀ ਹੈ ਨ ਪੂਰਾ ਪੂਰਾ ਡਿਪਾਰਟਮੈਂਟ ਹੈ ਜਿਹੜਾ ਕੰਮ ਕਰ ਰਿਹਾ ਪਰ ਇਹ ਮੈਂ ਸਮਝ ਨਹੀਂ ਕਿ ਬਹੁਤ ਥੋੜਾ ਇਹ ਹੋਣਾ ਚਾਹੀਦਾ ਹੈ ਹਰ ਅਦਾਰੇ ਚ ਹਰ ਸਕੂਲੇ ਛਾਰ ਕਾਲਜ ਚ ਔਰ ਹਰ ਯੂਨੀਵਰਸਿਟੀ ਚ ਕਮ ਹੋਣਾ ਚਾਹੀਦਾ ਪੰਜਾਬੀ ਮਾਰੇ ਜਿਵੇਂ ਕਿ ਉਹਨੇ ਥੋੜਾ ਅਰਸਾ ਪਹਿਲੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨੇ ਲਿਖਿਆ ਮਕਮਤਾਲੀਮ ਨੂੰ ਤੇ ਉਹਨਾਂ ਨੇ ਪੂਰੇ ਪੰਜਾਬ ਲਈ ਸਕੂਲਾਂ ਲਈ ਅਸਾਮੀਆਂ ਉਸਤਾਦਾਂ ਦੀਆਂ ਮਨਜ਼ੂਰ ਕੀਤੀਆਂ ਤਾਂ ਜੇ ਪੜ੍ਹਾਉਣ ਵਾਲਾ ਕੋਈ ਹੋਵੇਗਾ ਤੇ ਬੱਚੇ ਪੜਨਗੇ ਨਾ ਸੋ ਇੱਕ ਕੰਮ ਐਸਾ ਸੀ ਜਿਹੜਾ ਹੋਣਾ ਚਾਹੀਦਾ ਸੀ ਹੋ ਗਿਆ ਹੁਣ ਉਹਦੇ ਤੇ ਅਮਲ ਹੋ ਰਿਹਾ ਹੈ ਹੌਲੇ ਹੌਲੇ ਐਬ ਇਹ ਗੱਲਾਂ ਉਹ ਨੇ ਜਿਹੜੀਆਂ ਕਿ ਬੋਰਡ ਦੇ ਫਰਜ਼ ਚਾ ਮਿਲ ਨੇ ਹੋਰ ਸਾਰੀਆਂ ਤਨਜ਼ੀਮਾਂ ਜਿਹੜੀਆਂ ਪੰਜਾਬੀ ਲਈ ਕੰਮ ਕਰ ਰਹੀਆਂ ਉਹਨਾਂ ਦਾ ਫਰਜ਼ ਹੈ ਕਿ ਉਹ ਵੀ ਐਂ ਦੇਖਣ ਕਿ ਜਿੱਥੇ-ਜਿੱਥੇ ਜ਼ਰੂਰੀ ਨਹੀਂ ਕਿ ਇਹ ਕੋਦਾਰਾ ਜਾਂ ਇਹ ਕੋ ਬੰਦਾ ਜਿਹੜਾ ਹੈ ਉਹ ਹਰ ਕੰਮ ਕਰਦਾ ਹੈ ਨਜ਼ਰੀਆ ਵੇ ਜਿੱਥੇ-ਜਿੱਥੇ ਕਿਸੇ ਨੂੰ ਸਮਝ ਆਂਦੀ ਹੈ ਕਿ ਇਹ ਥੇ ਰਹਿ ਗਿਆ ਹੈ ਪਾ ਕਾਟ ਰਹਿ ਗਈ ਹੈ ਉਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ ਇਹ ਸਾਰੇ ਹਰ ਪੰਜਾਬੀ ਦਾ ਫਰਜ਼ ਹੈ ਉਹਦੇ ਅਸੀਂ ਆਪਣੇ ਹੱਕਾਂ ਲਈ ਗੱਲ ਕਰਨੇ ਆ ਇਹ ਠੀਕ ਹੈ ਹੱਕਸਾਂ ਨੂੰ ਮਿਲਨੇ ਚਾਹੀਦੇ ਨੇ ਪਰ ਜਿਹੜੇ ਫਰਜ਼ ਦਾ ਕਰਨੇ ਨੇ ਉਹ ਤੇ ਅਸੀਂ ਕਰਨੇ ਨੇ ਨਾ ਔਰ ਆਪਣੀ ਇਮਾਨਦਾਰੀ ਨਾਲ ਕਰਨੇ ਨੇ ਤੇ ਇਹ ਹਰ ਪੰਜਾਬੀ ਨੂੰ ਮੇਰੀ ਪੈਂਦੀ ਹੈ ਕਿ ਉਹ ਆਪਣਾ ਦੇਖਣ ਕਿ ਉਹਨਾਂ ਦਾ ਫਰਜ਼ ਜਿਹੜਾ ਹੈ ਉਹ ਕਿੱਥੇ ਅਦਾ ਹੁੰਦਾ ਪਿਆ ਤੇ ਫਿਰ ਉਹਦੇ ਨਾਲ ਜੁੜੇ ਹੱਕ ਦੀ ਮੰਗ ਕਰਨ ਤੇ ਰੱਬ ਕਾਮਯਾਬੀ ਦੇ ਪਾਕਿਸਤਾਨ ਪੰਜਾਬੀਅਤ ਵੀ ਬੋਰਡ ਨੇ ਆਪਣੇ ਪਹਿਲੇ ਦਿਨ ਤੋਂ ਅਮਿਥਿਆ ਸੀ ਪਹਿਲੀ ਮੀਟਿੰਗ ਵਿੱਚ ਤੈ ਹੋਇਆ ਸੀ ਕਿ ਜਿਹਨੇ ਸਾਡੇ ਕਲਾਸਿਕੀ ਸ਼ਾਇਰ ਨੇ ਜਿਹੜੇ ਸੂਫੀ ਸ਼ਾਇਰ ਨੇ ਉਹਨਾਂ ਦਾ ਕਲਾਮ ਅਸੀਂ ਛਾਪੀ ਛਾਪਾਂਗੇ ਲੋਕਾਂ ਨੂੰ ਸਮਝਾਣ ਲਈ ਜੇ ਉਹਦੇ ਮਤਲਬ ਲਿਖਣੇ ਹੋਏ ਤੇ ਉਹ ਵੀ ਬਿਆਨ ਕਰਾਂਗੇ ਉਹਦਾ ਆਸਾਨ ਜ਼ੁਬਾਨ ਵਿੱਚ ਮਜ਼ਮੂਨ ਵੀ ਉਹਦੇ ਬਾਰੇ ਛਾਪਾਂਗੇ ਤਾਂ ਜੇ ਉਹਨਾਂ ਦਾ ਜਿਹੜਾ ਕੀਤਾ ਕੰਮ ਹੈ ਉਹਨਾਂ ਦਾ ਜਿਹੜਾ ਆਖਿਆ ਹੈ ਉਹ ਲੋਕਾਈ ਤੱਕ ਪਹੁੰਚੇ ਉਹਦੀ ਵਜ੍ਹਾ ਹੈ ਕਿ ਸਾਰੇ ਵਾਰਿਸ ਸ਼ਾ ਸ਼ਾਹ ਹੁਸੈਨ ਬਾਬਾ ਫਰੀਦ ਖਾ ਜਫਰੀਦ ਸੁਲਤਾਨ ਬਾਹੂ ਇਹ ਸਾਰੇ ਜਿਹੜੇ ਨੇ ਬੀਆਂ ਮੁਹੰਮਦ ਬਖਸ਼ ਇਹ ਸਾਰੇ ਤੇ ਸਾਰੇ ਸਾਰੀਆਂ ਜ਼ੁਬਾਨਾਂ ਜਿਹੜੀਆਂ ਉਸ ਵੇਲੇ ਦੀਆਂ ਪ੍ਰਚਲਿਤ ਜ਼ੁਬਾਨਾਂ ਸਨ ਫਾਰਸੀ ਸੀ ਅਰਬੀ ਸੀ ਇਹਨਾਂ ਦੇ ਜਾਣੂ ਸਨ ਇਹਨਾਂ ਦੇ ਆਲਮ ਸਨ ਉਹਨਾਂ ਨੇ ਲਿਖਿਆ ਤਾਂ ਪੰਜਾਬੀ ਚ ਕਿਉਂ ਲਿਖਿਆ ਇਸ ਕਰਕੇ ਕਿ ਪੰਜਾਬੀ ਲੋਕਾਈ ਦੀ ਜ਼ੁਬਾਨ ਸੀ ਉਹ ਆਪਣੀ ਲੋਕਾਈ ਦੇ ਨਾਲ ਗੱਲ ਕਰਨਾ ਚਾਹੁੰਦੇ ਸਨ ਆਪਣੀ ਲੋਕਾਈ ਨੂੰ ਇਸੇ ਦੇ ਪੱਧਰ ਤੇ ਪਾਣਾ ਚਾਹੁੰਦੇ ਸਨ ਆਪਣੀ ਲੋਕਾਈ ਨੂੰ ਦੱਸਣਾ ਚਾਹੁੰਦੇ ਸਨ ਕਿ ਇਨਸਾਨ ਨੂੰ ਇਨਸਾਨ ਬਣਨ ਲਈ ਕਿੰਨਾਂ ਖੂਬੀਆਂ ਦੀ ਜ਼ਰੂਰਤ ਹੁੰਦੀ ਹੈ ਤੇ ਕਿਹੜੀਆਂ ਗੱਲਾਂ ਹੈ ਨੇ ਜਿਹੜੀਆਂ ਜਿੰਨਾਂ ਦੀ ਤੇ ਉਹਦੀ ਨਿੰਦਿਆ ਹੋਏਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਇਹਨਾਂ ਨੇ ਬਾਬਿਆਂ ਨੇ ਸਾਨੂੰ ਦੱਸਿਆ ਸਾਨੂੰ ਸਿਖਾਇਆ ਤੇ ਉਹਨਾਂ ਦੀ ਕੀਤੀ ਗੱਲ ਲੋਕਾਈ ਤੱਕ ਪਹੁੰਚਾਉਣੇ ਚ ਪਾਕਿਸਤਾਨ ਪੰਜਾਬੀ ਅਦਵੀ ਬੋਰਡ ਨੇ ਬਹੁਤ ਪਰਵਾਹਗਰਦ ਅਦਾ ਕੀਤਾ ਅਸੀਂ ਜਿਵੇਂ ਸੈਮੀਨਾਰ ਵੀ ਰੱਖ ਕੇ ਜਿੰਨ ਅਜ ਮਜ਼ਮੂਨਾ ਤਿਆਰਾਂ ਲੋਕਾਈ ਨੂੰ ਦੱਸਿਆ ਗਿਆ ਕਿ ਇਹ ਜਿਸ ਜਿੱਦਾਂ ਵੀ ਇਹ ਆਸੀ ਉਹ ਰਸਤੇ ਮੌਕੇ ਤੇ ਜਾਂ ਕਿਸੇ ਮੌਕੇ ਤੇ ਕਿ ਇਸ ਸ਼ਖਸੀਅਤ ਨੇ ਇਹ ਇਹ ਗੱਲਾਂ ਕਹੀਆਂ ਨੇ اور ਇਹ ਉਹਨਾਂ ਦਾ ਫਲਸਫੀਏ ਫਿਰ ਇਹ ਵੀ ਕਿ ਜਿਹੜੇ ਪੜਿਆਰ ਉਹਨਾਂ ਨੂੰ ਬਾਜ਼ੂ ਕਤੁੰਦਾ ਕਿ ਇੱਕ ਇੱਕ ਲਫ਼ਜ਼ ਸਿੱਧਾ ਉਹ ਉਹਦੀ ਚਾਰਨਪੂਰਨ ਕਰਕੇ ਲਿਖਣਾ ਹੁੰਦਾ ਹੈ ਉਨਾਲੇ ਹੀ ਕਿਤਾਬਾਂ ਚ ਜਿਹੜੇ ਕਲਾਵ ਮਸਨ ਕਾਫੀਆਂ ਸ਼ਾ ਹੁਸੈਨ ਉਹ ਛਪ ਗਈ ਹੈ ਹੁਣ ਨਹਿਰਦ ਮੋਦਰ ਉਹ ਛਪੇਗੀ ਮਾਨਿਆਂ ਦੇ ਨਾਲ ਐਸੀ ਤਰ੍ਹਾਂ ਮਹੁਰਦੋ ਚਾਰ ਕਿਤਾਬਾਂ ਨੇ ਜਿਹੜੀਆਂ ਮਾਨਿਆਂ ਦੇ ਨਾਲ ਛਪਣਗੀਆਂ ਥੋੜਾ ਜਿਹਾ ਵੇਲਾ ਲੱਗੇਗਾ ਤੇ ਤਾਂ ਕਿ ਪੜਿਆਰਾਂ ਨੂੰ ਸਮਝ ਆਏ ਔਰ ਸਮਝ ਕਿ ਉਹ ਗੱਲ ਨੂੰ ਅੱਗੇ ਟੋਰਨ ਮੈਂ ਦਿਨੇ ਸਾਡੇ ਪੜਿਆਰ ਨੇ ਪੰਜਾਬੀ ਪੜਨ ਵਾਲੇ ਭਾਵੇਂ ਉਹ ਐਫ ਐਚ پڑھਦੇ ਹੋਣ ਬੀ ਐਚ ਹੋਣ ਐਮ ਐਫਲ ਹੋਣ ਜਾਂ ਫਿਰ ਪੀ ਐਚ ਡੀ ਕਰ ਰਹੇ ਹੋਣ ਆਪਣੀ ਆਪਣੀ ਪਦਰਤੇ ਆਪਣੇ ਆਪਣੇ ਥਾਂ ਤੇ ਉਹਨਾਂ ਦਾ ਐਜ਼ਮਦਾਰੀ ਬਣਦੀ ਏ ਕਿ ਉਹ ਦੂਜਿਆਂ ਨੂੰ ਨਾਲ ਲੈ ਕੇ ਟੁਰਨ ਆਪਣੇ ਤੋਂ ਜਿਹੜੇ ਐਨੇ ਬਾਦ ਦੀ ਆਣ ਵਾਲੀ ਨਸਲ ਏ ਉਹਨਾਂ ਲਈ ਕੋਈ ਜੜਿਆ ਇੱਕ ਪੈਰਾਂ ਦੇ ਨਿਸ਼ਾਨ ਅਜੇ ਛੋੜਨ ਕਿ ਜਿਨ੍ਹਾਂ ਦੇ ਉੱਤੇ ਟੁਰ ਕੇ ਹੀ ਉਹਨਾਂ ਦੀ ਭਲਾਈ ਹੁੰਦੀ ਹੋਵੇ ਇਹ ਸਭ ਤੋਂ ਵੱਡੀ ਗੱਲ ਏ ਆਪਣੀ ਬੋਲੀ ਨੂੰ ਯਾਦ ਰੱਖਣਾ ਕਦੀ ਨਾ ਭੁੱਲਣਾ ਤੇ ਤੁਹਾਨੂੰ ਦੁਨੀਆ ਨਹੀਂ ਭੁੱਲੇਗੀ